ਸਾਡੇ ਵਰਗੇ ਥੋੜੇ ਚਿਰ ਲਈ ਥੋੜੇ ਟਾਈਮ ਲਈ ਸੀ ਵਿਚਰੇ ਇੱਕ ਸਾਲ ਸਾਨੂੰ ਇਦਾਂ ਲੱਗਿਆ ਕਿ ਸਾਡੀ ਕੁੱਖੋਂ ਜਨਮ ਲਿਆ ਹੋਇਆ ਸ਼ਾਇਦ ਉਹਨੇ ਪਰ ਅਸੀਂ ਇੰਨਾ ਮੋਹ ਪਿਆਰ ਕਰਦੇ ਸੀ ਉਹ ਤਾਂ ਇਨਸਾਨ ਇਦਾਂ ਦਾ ਸੀ ਕਿ ਜਿਵੇਂ ਉਹਦੇ ਅੰਦਰ ਰੱਬ ਵੀ ਉਤਰ ਗਿਆ ਜਿਹੜਾ ਵੀ ਬੱਚਾ ਵੀ ਉਹ ਦੇਖ ਲੈਂਦਾ ਉਹਨੂੰ ਜਦੀ ਕਹਿੰਦਾ ਆ ਜਾ ਬਾਈ ਉਹਦੇ ਮਨ 'ਚ ਇੱਦਾਂ ਹੈ ਹੀ ਨਹੀਂ ਸੀਗਾ ਜਿਹੜੇ ਨੂੰ ਹਰੇਕ ਨੂੰ ਮਤਲਬ ਉਹਦੇ ਵੱਲ ਖਿੱਚਿਆ ਚਲਾ ਜਾਂਦਾ ਸੀ ਹਰ ਇੱਕ ਇਨਸਾਨ ਉਹ ਇੰਨਾ ਪਿਆਰ ਕਰਦਾ ਸੀਗਾ ਇੰਨੀ ਰੂਹ 'ਚ ਉਹਦੇ ਚਿਹਰੇ ਵੱਲ ਦੇਖਿਆ ਵੀ ਨਹੀਂ ਸੀ ਜਾਂਦਾ ਕਿ ਇੰਨਾ ਮਾਲਕ ਦੀ ਕਿਰਪਾ ਹੋਈ ਸੀ ਜਿਵੇਂ ਜਿਵੇਂ ਉਹਦੇ ਸਪੀਚਾਂ ਜਿਵੇਂ ਜਿਵੇਂ ਉਹ ਵਿਚਰ ਰਿਹਾ ਸੀ ਇੱਦਾਂ ਇੱਦਾਂ ਉਹਦੇ ਲਾਹੀ ਨੂਰ ਜਿਵੇਂ ਇੱਕ ਪਰਮਾਤਮਾ ਨੇ ਕਿ ਉਹਦੇ ਤੋਂ ਕੁਹਾ ਰਹੇ ਸੀ ਉਹ ਕਹਿੰਦਾ ਮੈਨੂੰ ਨਹੀਂ ਪਤਾ ਮੈਨੂੰ ਇੱਦਾਂ ਹੋ ਜਾਂਦਾ ਕਿ ਮੇਰੇ ਅੰਦਰ ਹੈ ਕੀ ਆ ਜਿਹੜਾ ਮੇਰੇ ਤੋਂ ਬੁਲਵਾ ਰਿਹਾ ਮੈਨੂੰ ਖੁਦ ਨੂੰ ਪਤਾ ਉਹ ਇਹੀ ਕਹਿੰਦਾ ਕਿ ਕਲਾ ਵਰਤਦੀ ਆ ਸ਼ਹੀਦਾਂ ਦਾ ਪਹਿਰਾ ਉਦੋਂ ਵੀ ਉਹਦਾ ਮਜ਼ਾਕ ਉਡਾਇਆ ਜਾਂਦਾ ਸੀ ਸ਼ਾਇਦ ਤੇ ਵੀ ਜਿਸ ਦਿਨ ਦੀਪ ਨਾਲ ਇੱਦਾਂ ਹੋਇਆ ਸੀ ਕਿ ਉਹ ਛੱਡ ਕੇ ਬਾਹਰ ਨਾ ਜਾਂਦੀ ਉਹ ਉੱਥੇ ਰਹਿੰਦੀ ਜੇ ਉਹਨੂੰ ਪਿਆਰ ਸੀ ਤੇ ਅਸੀਂ ਵੀ ਕਹਿੰਦੇ ਵੀ ਠੀਕ ਹੈ ਪਰ ਪਤਾ ਨਹੀਂ ਕੀ ਉਹਦੇ ਮਨ 'ਚ ਚੱਲਿਆ ਅਤੇ ਜਾਂ ਕੋਈ ਡਰ ਸੀ ਜਾਂ ਕੋਈ ਸਰਕਾਰਾਂ ਨੇ ਉਹਨੂੰ ਕਹਿਤਾ ਵੀ ਤੂੰ ਇੱਥੋਂ ਚੱਲੀ ਜਾ ਹੁਣ ਇਹ ਤਾਂ ਉਹ ਜਾਣਦੀ ਹੈ ਜਾਂ ਰੱਬ ਜਲਦੀ ਨਾਲ ਸੜਕ ਧੋਣ ਦੀ ਕੀ ਲੋੜ ਪਈ ਨਾਲ ਦੀ ਨਾਲ ਸਾਨੂੰ ਅੱਜ ਤੱਕ ਉਹ ਮੋਬਾਈਲ ਹੀ ਨਹੀਂ ਮਿਲਿਆ ਉਹਦੀ ਲੋਕੇਸ਼ਨ ਨਹੀਂ ਮਿਲ ਰਹੀ ਜਿਹੜਾ ਕਿ ਅਸੀਂ ਅੱਗੇ ਵੀ ਜਿਹੜੇ ਹੋਟਲ ਤੋਂ ਉਹ ਚੱਲੇ ਸੀ ਵੀ ਉਹ ਸਾਨੂੰ ਲੋਕੇਸ਼ਨ ਜਾਂ ਸਾਨੂੰ ਮੋਬਾਈਲ ਤਾਂ ਚਾਹੀਦਾ ਅਸੀਂ ਤਾਂ ਹੀ ਅੱਗੇ ਕਾਰਵਾਈ ਪਾ ਸਕੀਏ ਕਿ ਦੇਖੋ ਸਾਲ ਇੱਕ ਸਾਲ ਵਾਸਤੇ ਹੁੰਦੀ ਹੈ ਜਿਹੜੀ ਲੋਕੇਸ਼ਨ ਹੁੰਦੀ ਆ ਸਾਲ ਦੇ ਬਾਅਦ ਉਹ ਖਤਮ ਹੋ ਜਾਂਦੀ ਫਿਰ ਉਸ ਤੋਂ ਬਾਅਦ ਸਾਡੇ ਪੱਲੇ ਕੁਛ ਵੀ ਨਹੀਂ ਹੋ ਸਕਦਾ ਇਸ ਕਰਕੇ ਸਾਨੂੰ ਲੇਟ ਕਰਿਆ ਜਾ ਰਿਹਾ ਮੈਂ ਸਗੋਂ ਆਖਿਆ ਵੀ ਸੀ ਕਿ ਮੈਨੂੰ ਮਿਲ ਅਤੇ ਮੇਰੇ ਨਾਲ ਗੱਲ ਕਰ ਮੈਨੂੰ ਸੱਚਾਈ ਦੱਸ ਕੀ ਗੱਲਬਾਤ ਹੈ ਅਤੇ ਸਾਹਮਣੇ ਮੈਨੂੰ ਇੱਦਾਂ ਲੱਗਦਾ ਵੀ ਹੁਣ ਕਿਤੋਂ ਆਏਗਾ ਉਹ ਸਟੇਜ ਉੱਤੇ ਸਪੀਚ ਦੇਵੇਗਾ ਹੁਣ ਕਿਤੇ ਇੱਧਰੋਂ ਆਏਗਾ ਇੱਦਾਂ ਲੱਗਦੀ ਨਹੀਂ ਹੈਗਾ ਕਿ ਉਹ ਜਦੋਂ ਜਾਣ ਲੱਗੇ ਸੀ ਉਹਦਾ ਸਾਨੇ ਚਿਹਰਾ ਵੇਖਿਆ ਹੀ ਨਹੀਂ ਜਿਵੇਂ ਕਹਿੰਦੇ ਹੁੰਦੇ ਨੇ ਅਮਰ ਹੁੰਦੇ ਨੇ ਸਦਾ ਸੂਰਮੇ ਮਰਿਆ ਨਹੀਂ ਕਰਦੇ ਉਹ ਸੂਰਮਾ ਯੋਧਾ ਸੀ ਕੌਮੀ ਯੋਧਾ ਸੀ ਆਪਣੇ ਪੰਜਾਬ ਦਾ ਦਰਦ ਲੈ ਕੇ ਚੱਲਿਆ ਸੀ ਜਦੋਂ ਦਿੱਲੀ ਕਿਸਾਨੀ ਮੋਰਚਾ ਲੱਗਿਆ ਹੋਇਆ ਸੀ ਉਸ ਟਾਈਮ ਉਹਨੇ ਆਪਣਾ ਪਿੱਛੇ ਇਤਿਹਾਸ ਪੜ੍ਹ ਕੇ ਉਸ ਲਾਲ ਕਿਲੇ ਦੇ ਉੱਤੇ ਜਦੋਂ ਸਾਡੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਝੰਡਾ ਇਹਨਾਂ ਨੇ ਤਿਰੰਗਾ ਲਹਿਰਾਇਆ ਸੀ ਉਹ ਫਿਰ ਸਾਡੇ ਸਿੱਖ ਕੌਮ ਦੇ ਸਾਡੇ ਪੰਥ ਦੇ ਮਨਾਂ ਦੇ ਵਿੱਚ ਹਮੇਸ਼ਾ ਰਹਿੰਦਾ ਉਹ ਫਿਰ ਜਿਵੇਂ ਕਹਿੰਦੇ ਸੀ ਵੀ ਭਾਜੀ ਅਸੀਂ ਮੋੜਨੀ ਵੀ ਸੀ ਦੇਖੋ ਉੱਥੇ ਸਾਡਾ ਮਨਸਾ ਕਿਉਂ ਉਹਦਾ ਪਹਿਲੀ ਗਹਿਣੇ ਧਰਿਆ ਪਿਆ ਸੀ ਉੱਥੇ ਅਸੀਂ ਆਪਣੀ ਹੋਂਦ ਦੀ ਪਾਸ਼ਾ ਦਾਅਵੇ ਦੀ ਆਪਣੀ ਪੰਥ ਦੀ ਗੱਲ ਕਰਦੇ ਸੀ ਉੱਥੇ ਅਸੀਂ ਉਹ ਨਿਸ਼ਾਨ ਸਾਹਿਬ ਝੰਡਾ ਝਲਾ ਕੇ ਦੱਸਤਾ ਸੀ ਉਸ ਸਰਕਾਰ ਨੂੰ ਕਿ ਕੌਮ ਅੱਜ ਵੀ ਜਿਉਂਦੀ ਹੈ ਪੰਥ ਅੱਜ ਵੀ ਚੜ੍ਹਦੀ ਕਲਾ 'ਚ ਹੈ ਇਹਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਇਹਨੂੰ ਮਿਟਾ ਸਕੇ ਇਹ ਲੋਕਾਂ ਨੇ ਕਿਹਾ ਕਿ ਇਹ ਤਾਂ ਜੀ ਆਗੂ ਬਣ ਲਈ ਆਇਆ ਉਹਨੇ ਕਿਹਾ ਨਹੀਂ ਸਾਡੇ ਬਜ਼ੁਰਗ ਨੇ ਇਹ ਸਾਡੇ ਅੱਗੇ ਲੱਗਣਗੇ ਅਸੀਂ ਇਹਨਾਂ ਦੇ ਪਿੱਛੇ ਲੱਗਾਂਗੇ ਇੱਦਾਂ ਦਾ ਮੌਕਾ ਮਿਲਿਆ ਸਾਰੀਆਂ ਸਟੇਟਾਂ ਇਕੱਠੀਆਂ ਹੋਈਆਂ ਨੇ ਵੀ ਅਸੀਂ ਜੇ ਇੱਕ ਇਨਸਾਨ ਸਾਹਿਬ ਥੱਲੇ ਇਕੱਠੇ ਹੋਵਾਂਗੇ ਜਿਹੜੀ ਸਾਡੀ ਮੰਗ ਹੈ ਉਹ ਅਸੀਂ ਇੱਕ ਨੋਰਮਲ ਸ਼ਾਂਤਮਈ ਤਰੀਕੇ ਦੇ ਨਾਲ ਸਾਨੂੰ ਸਰਕਾਰ ਤੋਂ ਲੈ ਸਕਦੇ ਹਾਂ ਉੱਦਾਂ ਸਾਨੂੰ ਸਰਕਾਰ ਨੇ ਪਰੋਸ ਕੇ ਨਹੀਂ ਦੇਣਾ ਅਤੇ ਸਾਨੂੰ ਹੱਕ ਆਪਣੇ ਲੜਕੀ ਲੈਣਾ ਪੈਂਦਾ ਆਪਦੀ ਆਵਾਜ਼ ਬੁਲੰਦ ਕਰਕੇ ਉਹ ਪੜ੍ਹਿਆ ਲਿਖਿਆ ਨੌਜਵਾਨ ਸੀ ਵਕੀਲ ਸੀ ਸੂਝਬੂਝ ਹਰ ਇੱਕ ਚੀਜ਼ ਦੀ ਉਹਨੂੰ ਨੌਲੇਜ ਸੀ ਜਿਹੜੇ ਕਹਿੰਦੇ ਸੀ ਕਿ ਉਹ ਆਗੂ ਬਣ ਲਈ ਉਹਨੇ ਜੇ ਚਾਹੁੰਦਾ ਬੀਜੇਪੀ ਦੇ ਵਿੱਚੋਂ ਸੀਟ ਲੈ ਸਕਦਾ ਸੀਗਾ ਜਦ ਉਹਨੇ ਆਪਣੇ ਪੰਜਾਬ ਦਾ ਦਰਦ ਵੇਖਿਆ ਲੋਕਾਂ ਨੂੰ ਵੇਖਿਆ ਕਿ ਸਾਡੇ ਹਾਲਾਤ ਕੀ ਹੋ ਰਹੇ ਨੇ ਸਾਡੇ ਪੰਜਾਬ ਨਾਲ ਕੀ ਬਣ ਰਿਹਾ ਅਤੇ ਉਹ ਇਸ ਕਰਕੇ ਉਹ ਆਇਆ ਅਤੇ ਉਹ ਆਪਣੇ ਵਾਅਦੇ ਕੀਤੇ ਮੁਤਾਬਕ ਉਹ ਆਪਣੀ ਸ਼ਹੀਦੀ ਪ੍ਰਾਪਤ ਕਰ ਗਿਆ ਸਰਕਾਰਾਂ ਨੇ ਇੱਕ ਪਹਿਲਾਂ ਗੋਲੀਆਂ ਦੇ ਨਾਲ ਇੱਕ ਮੁਕਾਬਲੇ ਕਰਾ ਕੇ ਐਨਕਾਊਂਟਰ ਕਰਨਾ ਜਾਂ ਕਿਸੇ ਤਰੀਕੇ ਨਾਲ ਕਿਸੇ ਤੋਂ ਕਰਾਏ ਹੁੰਦੇ ਸਨ ਜਿਵੇਂ ਕਮਲਜੀਤ ਕੈਪਟਨ ਦਾ ਹੋਇਆ ਸੀਗਾ ਤੁਹਾਨੂੰ ਪਤਾ ਹੀ ਉਹਨਾਂ ਦਾ ਉਸ ਤਰੀਕੇ ਦੇ ਨਾਲ ਇੱਕ ਟਰੱਕ ਦੇ ਨਾਲ ਉਹਨਾਂ ਦਾ ਐਕਸੀਡੈਂਟ ਦਾ ਰੂਪ ਦੇ ਕੇ ਉਹਨੂੰ ਕਤਲ ਕੀਤਾ ਗਿਆ ਕਿਉਂ ਦੂਸਰੇ ਦਿਨ ਸਾਡਾ ਰੋਡ ਸ਼ੋਅ ਸੀਗਾ ਅੰਮ੍ਰਿਤਗੜ੍ਹ ਸਿਮਰਜੀਤ ਮਾਨ ਦੀ ਉਹਦੇ ਵਿੱਚ ਮੈਨੂੰ ਇੱਦਾਂ ਲੱਗਦਾ ਵੀ ਹੁਣ ਕਿਤੋਂ ਆਏਗਾ ਉਹ ਸਟੇਜ ਉੱਤੇ ਸਪੀਚ ਦੇਵੇਗਾ ਹੁਣ ਕਿਤੇ ਇੱਧਰੋਂ ਆਏਗਾ ਇੱਦਾਂ ਲੱਗਦੀ ਨਹੀਂ ਹੈਗਾ ਕਿ ਉਹ ਜਦੋਂ ਜਾਣ ਲੱਗਿਆ ਸੀ ਉਹਦਾ ਸਾਨੇ ਚਿਹਰਾ ਵੇਖਿਆ ਹੀ ਨਹੀਂ ਸਾਨੂੰ ਚਿਹਰਾ ਨਹੀਂ ਦੇਖਿਆ ਜਿਵੇਂ ਸਾਡੇ ਦੇ ਵਿੱਚੋਂ ਗਿਆ ਜਿਵੇਂ ਮਿੰਟੋ ਮਿੰਟੀ ਉਹ ਚੱਲ ਗਿਆ ਹੁਣ ਇੱਦਾਂ ਲੱਗੀ ਜਾਂਦੇ ਵੀ ਹੁਣ ਉਹ ਆਇਆ ਵੀ ਇੱਧਰੋਂ ਆਏਗਾ ਉਹ ਆਏਗਾ ਚਲੋ ਮਾਤਾ ਆਪਾਂ ਚੱਲੀਏ ਅਤੇ ਉਹ ਚੀਜ਼ ਕੰਨਾਂ ਦੇ ਵਿੱਚ ਔਰ ਲੱਗਦੀ ਰਹਿੰਦੀ ਹੈ ਵੀ ਹੁਣ ਆਇਆ ਹੁਣ ਪੁੱਛੇਗਾ ਮਾਤਾ ਕੀ ਹਾਲ ਆ ਕਿਵੇਂ ਜਾਣਾ ਹੁਣ ਆਪਾਂ ਨੇ ਉਹ ਅੱਜ ਵੀ ਐਂ ਲੱਗਦਾ ਵੀ ਸ਼ਾਇਦ ਸਟੇਜ 'ਤੇ ਆਏਗਾ ਸਪੀਚ ਦੇਵੇਗਾ ਅਤੇ ਫਿਰ ਅਸੀਂ ਚਾਲੇ ਪਾਵਾਂਗੇ ਬਸ ਇੱਦਾਂ ਹੀ ਦਿਮਾਗ ਵਿੱਚ ਗੱਲ ਚੱਲਦੀ ਰਹਿੰਦੀ ਹੈ ਹਰ ਟਾਈਮ ਆਹ ਵੀ ਜਿਹੜਾ ਮੋਰਚਾ ਹੈ ਇਹ ਵੀ ਉਹਨੇ ਹੀ ਇੱਕ ਉਦੋਂ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਆਇਆ ਸੀ ਗਵਰਨਰ ਦੇ ਨਾਲ ਟੇਪ ਟੋਪ ਦੇ ਉੱਤੇ ਗੱਲ ਕਰਕੇ ਉਹਨੂੰ ਇੱਦਾਂ ਜਿੱਤ ਲਿਆ ਸੀ ਉਹਨੇ ਆਪਣੇ ਮਤਲਬ ਇੱਕ ਉਹਨੂੰ ਗੱਲ ਨਹੀਂ ਆਉਣ ਦਿੱਤੀ ਸੀ ਗਵਰਨਰ ਨੂੰ ਉਹਨੇ ਮੰਨ ਲਿਆ ਸੀ ਕਿ ਹਾਂ ਤੁਸੀਂ ਮੈਨੂੰ ਦੋ ਅਸੀਂ ਰਿਹਾਅ ਕਰਦੇ ਹਾਂ ਉਹਦੇ 'ਤੇ ਮਾਲਕ ਨੇ ਅਸੀਂ ਕਿਰਪਾ ਕੀਤੀ ਕਿ ਉਹਦੇ ਤੋਂ ਜੋ ਕਹਾਣਾ ਸੀ ਜਿੰਨੀ ਕੁ ਸੇਵਾ ਲੈਣੀ ਸੀ ਉਹ ਲੈ ਲਈ ਉਹਨੀ ਕੁ ਕਰਕੇ ਚਲਾ ਗਿਆ ਰੀਨਾ ਰਾਏ ਜਿਹੜੀ ਉਹਦੀ ਮੰਗੇਤਰ ਸੀਗੀ
ਉਹ ਵੀ ਕਾਫੀ ਵਾਦ ਵਿਵਾਦ ਚ ਹਾਲਾਂਕਿ ਉਹ ਵੀ ਪਈ ਰਹੀ ਹੈ ਪਰ ਅੱਜ ਨਤਮਸਤਕ ਹੋਈ ਹੈ ਦਰਬਾਰ ਸਾਹਿਬ ਔਰ ਸਿਰ ਦੇ ਉੱਤੇ ਕੇਸ ਕੀ ਬੰਨੀ ਹੋਈ ਸੀ ਦਸਤਾਰ ਬੰਨ ਕੇ ਉੱਥੇ ਨਤਮਸਤਕ ਹੋਈ ਹੈ ਤੁਸੀਂ ਕਿਸ ਤਰੀਕੇ ਨਾਲ ਵੇਖ ਰਹੇ ਹੋ ਇਸ ਸਾਰੀ ਸਰਗਰਮੀਆਂ ਨੂੰ ਦੇਖੋ ਚਲੋ ਜੇ ਉਹ ਵੀ ਨਾਲ ਰਹੇ ਨੇ ਮੈਂ ਨਹੀਂ ਕਹਿੰਦੀ ਕਿ ਉਹਦੀ ਜਿਹੜੀ ਇੱਕ ਫਿਲਮੀ ਲਾਈਨ ਸੀਗੀ ਉਹਦੇ ਵਿੱਚ ਉਹ ਕੰਮ ਕਰਦੇ ਸੀ ਇਕੱਠੇ ਅਤੇ ਜੇ ਉਹਨੂੰ ਪਿਆਰ ਹੈ ਅਤੇ ਅਸੀਂ ਕਹਿੰਦੇ ਵੀ ਠੀਕ ਆ ਉਹ ਆਪਣੇ ਤਰੀਕੇ ਨਾਲ ਮੰਨ ਰਹੀ ਹੈ ਪਰ ਮੈਨੂੰ ਇੱਕ ਚੀਜ਼ ਦੀ ਇਹ ਜ਼ਰੂਰ ਦੁੱਖ ਰਹਿੰਦਾ ਵੀ ਜਿਸ ਦਿਨ ਉਹਨੇ ਦੀਪ ਨਾਲ ਇੱਦਾਂ ਹੋਇਆ ਸੀ ਕਿ ਉਹ ਛੱਡ ਕੇ ਬਾਹਰ ਨਾ ਜਾਂਦੀ ਉਹ ਉੱਥੇ ਰਹਿੰਦੀ ਜੇ ਉਹਨੂੰ ਪਿਆਰ ਸੀ ਅਤੇ ਅਸੀਂ ਵੀ ਕਹਿੰਦੇ ਵੀ ਠੀਕ ਹੈ ਪਰ ਪਤਾ ਨਹੀਂ ਕੀ ਉਹਦੇ ਮਨ 'ਚ ਚੱਲਿਆ ਅਤੇ ਜਾਂ ਕੋਈ ਡਰ ਸੀ ਜਾਂ ਕੋਈ ਸਰਕਾਰਾਂ ਨੇ ਉਹਨੂੰ ਕਹਿਤਾ ਵੀ ਤੂੰ ਇੱਥੋਂ ਚੱਲੀ ਜਾ ਹੁਣ ਇਹ ਤਾਂ ਉਹ ਜਾਣਦੀ ਹੈ ਜਾਂ ਰੱਬ ਜਾਣਦਾ ਅਤੇ ਤੁਹਾਨੂੰ ਕੀ ਲੱਗਦਾ ਵੀ ਹੁਣ ਜਨਮ ਦਿਨ ਮਨਾਉਣ ਦੇ ਲਈ ਉਹ ਵਾਪਸ ਪੰਜਾਬ ਦੇ ਵਿੱਚ ਆਏ ਨੇ ਪਰ ਜਦੋਂ ਸਭ ਤੋਂ ਵੱਧ ਲੋੜ ਹੁੰਦੀ ਹੈ ਕਿਸੇ ਇਨਸਾਨ ਨੂੰ ਕੋਈ ਐਕਸੀਡੈਂਟ ਹੋ ਜਾਵੇ ਫਿਰ ਉਹਨੂੰ ਛੱਡ ਕੇ ਚਲੇ ਜਾਣਾ ਇਹ ਕਹਿ ਕੇ ਕਿ ਮੈਨੂੰ ਚੱਕਰ ਆ ਰਹੇ ਆ ਜਿਹੜਾ ਦੀਪ ਨੂੰ ਪਿਆਰ ਕਰਦਾ ਸੀ ਮੈਨੂੰ ਲੱਗਦਾ ਉਹ ਨਹੀਂ ਛੱਡ ਕੇ ਜਾਂਦਾ ਉਹ ਹੋ ਸਕਦਾ ਉਹਦੀ ਕੋਈ ਮਜਬੂਰੀ ਹੋਵੇ ਮੈਂ ਕਹਿ ਨਹੀਂ ਸਕਦੀ ਮੇਰੇ ਨਾਲ ਹਜੇ ਉਹਦੇ ਕੋਈ ਵਿਚਾਰ ਨਹੀਂ ਹੋਏ ਮੈਂ ਸਗੋਂ ਆਖਿਆ ਵੀ ਸੀ ਕਿ ਮੈਨੂੰ ਮਿਲ ਅਤੇ ਮੇਰੇ ਨਾਲ ਗੱਲ ਕਰ ਮੈਨੂੰ ਸੱਚਾਈ ਦੱਸ ਕੀ ਗੱਲਬਾਤ ਹੈ ਅਤੇ ਸਾਹਮਣੇ ਆ ਤੁਸੀਂ ਇਹ ਆਪਣਾ ਮੈਸੇਜ ਪਹੁੰਚਾਇਆ ਹੋਣਾ ਅਤੇ ਸ਼ਾਇਦ ਉਹਦੇ ਤੱਕ ਨਹੀਂ ਲੱਗਿਆ ਜਾਇਆ ਫਿਰ ਨਹੀਂ ਮੈਂ ਆਖਿਆ ਸੀ ਮੈਨੂੰ ਗੱਲ ਦਾ ਤੁਸੀਂ ਤੂੰ ਸੱਚੀ ਗੱਲ ਮੈਨੂੰ ਦੱਸ ਵੀ ਹੋਇਆ ਕੀ ਸੀਗਾ ਅਤੇ ਮੈਂ ਵੀ ਜਾਣਨਾ ਚਾਹੁੰਦੀ ਸੀ ਪਰ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਉਹਦੇ ਮਨ ਵਿੱਚ ਕੀ ਚੱਲ ਰਿਹਾ ਕੀ ਨਹੀਂ ਚਲੋ ਆਪਾਂ ਕਹਿੰਦੇ ਵੀ ਉਹ ਸਾਡੀ ਧੀ ਧਿਆਣੀ ਆ ਅਸੀਂ ਆਪਣੇ ਬੱਚਿਆਂ ਵਾਂਗੂ ਸਮਝਦੇ ਹਾਂ ਮਾਲਕ ਉਹਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਪਰ ਉਹਨਾਂ ਦੇ ਕਹਿਣ ਦੇ ਮੁਤਾਬਕ ਤਾਂ ਉਹ ਕਹਿੰਦੇ ਕਿ ਉਹਨਾਂ ਨੇ ਅੱਜ ਵੀ ਕਿਹਾ ਕਿ ਉਹ ਸਿਰਫ ਇੱਕ ਐਕਸੀਡੈਂਟ ਸੀਗਾ ਦੇਖੋ ਜੇ ਐਕਸੀਡੈਂਟ ਸੀ ਫਿਰ ਸਾਨੂੰ ਮੈਨੂੰ ਇਹ ਚੀਜ਼ ਲੱਗਦੀ ਫਿਰ ਉਸੇ ਟਾਈਮ ਨਾਲ ਦੀ ਨਾਲ ਗੱਡੀ ਚੱਕਣ ਦੀ ਕੀ ਲੋੜ ਪਈ ਨਾਲ ਦੀ ਨਾਲ ਸੜਕ ਧੋਣ ਦੀ ਕੀ ਲੋੜ ਪਈ ਨਾਲ ਦੀ ਨਾਲ ਸਾਨੂੰ ਅੱਜ ਤੱਕ ਉਹ ਮੋਬਾਈਲ ਹੀ ਨਹੀਂ ਮਿਲਿਆ ਉਹਦੀ ਲੋਕੇਸ਼ਨ ਨਹੀਂ ਮਿਲ ਰਹੀ ਜਿਹੜਾ ਕਿ ਅਸੀਂ ਅੱਗੇ ਵੀ ਜਿਹੜੇ ਹੋਟਲ ਤੋਂ ਉਹ ਚੱਲੇ ਸੀ ਵੀ ਉਹ ਸਾਨੂੰ ਲੋਕੇਸ਼ਨ ਜਾਂ ਸਾਨੂੰ ਮੋਬਾਈਲ ਤਾਂ ਚਾਹੀਦਾ ਅਸੀਂ ਤਾਂ ਹੀ ਅੱਗੇ ਕਾਰਵਾਈ ਪਾ ਸਕੀਏ ਕਿ ਦੇਖੋ ਸਾਲ ਇੱਕ ਸਾਲ ਵਾਸਤੇ ਹੁੰਦੀ ਹੈ ਜਿਹੜੀ ਲੋਕੇਸ਼ਨ ਹੁੰਦੀ ਆ ਸਾਲ ਦੇ ਬਾਅਦ ਉਹ ਖਤਮ ਹੋ ਜਾਂਦੀ ਫਿਰ ਉਸ ਤੋਂ ਬਾਅਦ ਸਾਡੇ ਪੱਲੇ ਕੁਛ ਵੀ ਨਹੀਂ ਹੋ ਸਕਦਾ ਇਸ ਕਰਕੇ ਸਾਨੂੰ ਲੇਟ ਕਰਿਆ ਜਾ ਰਿਹਾ ਮੈਂ ਨੇ ਵੀ ਜੇ ਜਿਹਦੇ ਕੋਲ ਵੀ ਮੋਬਾਈਲ ਹੈਗਾ ਉਹ ਮੋਬਾਈਲ ਦਿੱਤਾ ਜਾਵੇ ਸਾਨੂੰ ਤਾਂ ਕਿ ਅਸੀਂ ਲੋਕੇਸ਼ਨ ਆਪਦੇ ਕਢਾ ਕੇ ਸਾਨੂੰ ਪਤਾ ਚੱਲਦਾ ਵੀ ਕਿੱਥੋਂ ਚੱਲਿਆ ਕਿੱਥੇ ਹੈ ਅਤੇ ਕਿਵੇਂ ਹੈ ਕਿਵੇਂ ਹੋਇਆ ਉਹ ਦੱਸ ਸਕਦੀ ਫਿਰ ਜਾ ਉਹਦੀ ਕਹਿ ਦਿੰਦੀ ਉਹਨੂੰ ਚੁੱਪ ਨਾ ਰਹਿੰਦੀ ਅਤੇ ਅੱਜ ਕੌਮ ਨੇ ਉਹਨੂੰ ਬਹੁਤ ਤਕੜਾ ਦਰਜਾ ਦੇ ਤਾ ਸਗੋਂ ਉਹਨੂੰ ਖੁਸ਼ ਹੋਣਾ ਚਾਹੀਦਾ ਸੀ ਕਿ ਜਿਹਦੇ ਨਾਲ ਅਸੀਂ ਕੰਮ ਕੀਤਾ ਉਹਨੂੰ ਐਡਾ ਵੱਡਾ ਉਹ ਹੋਇਆ ਅਤੇ ਸਾਡੇ ਵਰਗੇ ਥੋੜ੍ਹੇ ਚਿਰ ਲਈ ਥੋੜ੍ਹੇ ਟਾਈਮ ਲਈ ਅਸੀਂ ਵਿਚਰੇ ਇੱਕ ਸਾਲ ਸਾਨੂੰ ਇੱਦਾਂ ਲੱਗਿਆ ਕਿ ਸਾਡੀ ਕੁੱਖੋਂ ਜਨਮ ਲਿਆ ਹੋਇਆ ਸ਼ਾਇਦ ਉਹਨੇ ਪਰ ਅਸੀਂ ਇੰਨਾ ਮੋਹ ਪਿਆਰ ਕਰਦੇ ਸੀ ਉਹ ਤਾਂ ਇਨਸਾਨ ਇੱਦਾਂ ਦਾ ਸੀ ਕਿ ਜਿਵੇਂ ਉਹਦੇ ਅੰਦਰ ਰੱਬ ਹੀ ਉੱਤਰ ਗਿਆ ਜਿਹੜਾ ਵੀ ਬੱਚਾ ਵੀ ਉਹ ਦੇਖ ਲੈਂਦੇ ਉਹਨੂੰ ਜਦੀ ਕਹਿੰਦੇ ਆ ਜਾ ਬਾਈ ਉਹਦੇ ਮਨ 'ਚ ਇੱਦਾਂ ਹੈ ਹੀ ਨਹੀਂ ਸੀਗਾ ਜਿਹੜੇ ਨੂੰ ਹਰੇਕ ਉਹਨੂੰ ਮਤਲਬ ਉਹਦੇ ਵੱਲ ਖਿੱਚਿਆ ਚੱਲਾ ਜਾਂਦਾ ਸੀ ਹਰ ਇੱਕ ਇਨਸਾਨ ਉਹ ਇੰਨਾ ਪਿਆਰ ਕਰਦਾ ਸੀਗਾ ਇੰਨੀ ਰੂਹ 'ਚ ਉਹਦੇ ਚਿਹਰੇ ਵੱਲ ਦੇਖਿਆ ਵੀ ਨਹੀਂ ਸੀ ਜਾਂਦਾ ਕਿ ਇੰਨਾ ਮਾਲਕ ਦੀ ਕਿਰਪਾ ਹੋਈ ਸੀ ਜਿਵੇਂ ਜਿਵੇਂ ਉਹਦੀ ਸਪੀਚਾਂ ਜਿਵੇਂ ਜਿਵੇਂ ਵਿਚਰ ਰਿਹਾ ਸੀ ਇੱਦਾਂ ਇੱਦਾਂ ਉਹਦੇ ਲਾਹੀ ਨੂਰ ਜਿਵੇਂ ਇੱਕ ਪਰਮਾਤਮਾ ਨਹੀਂ ਕਿ ਉਹਦੇ ਤੋਂ ਕੁਹਾ ਰਹੇ ਸੀ ਉਹ ਕਹਿੰਦਾ ਮੈਨੂੰ ਨਹੀਂ ਪਤਾ ਮੈਨੂੰ ਇੱਦਾਂ ਹੋ ਜਾਂਦਾ ਕਿ ਮੇਰੇ ਅੰਦਰ ਹੈ ਕੀ ਆ ਜਿਹੜਾ ਮੇਰੇ ਤੋਂ ਬੁਲਵਾ ਰਿਹਾ ਮੈਨੂੰ ਖੁਦ ਨੂੰ ਪਤਾ ਉਹ ਇਹੀ ਕਹਿੰਦਾ ਕਿ ਕਲਾ ਵਰਤਦੀ ਆ ਸ਼ਹੀਦਾਂ ਦਾ ਪਹਿਰਾ ਉਦੋਂ ਵੀ ਉਹਦਾ ਮਜ਼ਾਕ ਉਡਾਇਆ ਜਾਂਦਾ ਸੀ ਸ਼ਾਇਦ ਤੇ ਇੱਦਾਂ ਹੀ ਕਰਦਾ ਪਿਆ ਤੇ ਆਖਰੀ ਸਵਾਲ ਹੈ ਜੀ ਅੱਜ ਦੀ ਸਥਿਤੀ ਨੂੰ ਕਿੱਦਾਂ ਵੇਖ ਰਹੇ ਹੋ ਦੀਪ ਸਿੱਧੂ ਚਲਾ ਗਿਆ ਲੇਕਿਨ ਉਹਦੇ ਜਿਹੜੇ ਸਪੀਚਿਸ ਨੇ ਹੁਣ ਉਰੇ ਵੀ ਅਨਾਊਂਸਮੈਂਟ ਹੋਈ ਹੈ ਕਿ ਸ਼ਾਮ ਨੂੰ ਵਿਖਾਈਆਂ ਜਾਣਗੀਆਂ ਉਹਦੀਆਂ ਜਿਹੜੀਆਂ ਪ੍ਰਮੁੱਖ ਸਪੀਚਿਸ ਨੇ ਜਿਹੜੇ ਬਿਆਨ ਦਿੱਤੇ ਗਏ ਨੇ ਤੁਸੀਂ ਕਿੱਦਾਂ ਵੇਖ ਰਹੇ ਹੋ ਵੀ ਜਿਹੜਾ ਉਹ ਮੈਸੇਜ ਦੇਣਾ ਚਾਹੁੰਦਾ ਸੀ ਦੁਨੀਆ ਨੂੰ ਕੀ ਉਹ ਪਹੁੰਚ ਗਿਆ ਦੁਨੀਆ ਤੱਕ ਹਾਂ ਉਹ ਦੇਖੋ ਹਰੇਕ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਟਾਈਮ ਹੈ ਹਰ ਇੱਕ ਬੱਚਾ ਨੌਜਵਾਨ ਹਰੇਕ ਦੇ ਹੱਥ ਵਿੱਚ ਫੋਨ ਹੈ ਉਹ ਹਰੇਕ ਬੱਚੇ ਨੂੰ ਸੁਣ ਕੇ ਇੰਨਾ ਇਕੱਠ ਹੋਇਆ ਸੁਣ ਕੇ ਅੱਜ ਲੋਕ ਉਹਨੂੰ ਪਿਆਰ ਕਰ ਰਹੇ ਨੇ ਉਸ ਟਾਈਮ ਜਲਦੀ 'ਚ ਨਹੀਂ ਪਤਾ ਲੱਗਿਆ ਲੋਕਾਂ ਨੂੰ ਵੀ ਇੱਦਾਂ ਲੱਗਿਆ ਵੀ ਸ਼ਾਇਦ ਕਿਤੇ ਸ਼ਾਇਦ ਉਹ ਗਲਤ ਹੈ ਬੀਜੇਪੀ ਦੇ ਵਿੱਚੋਂ ਆਇਆ ਕਿ ਉਹਨੇ ਸਨੀ ਦਿਓਲ ਦੀ ਉਦੋਂ ਵੋਟਾਂ ਵੇਲੇ ਸਪੋਰਟ ਕਰੀ ਸੀ ਅਤੇ ਪਰ ਜਦੋਂ ਨੌਜਵਾਨਾਂ ਨੇ ਸਪੀਚ ਸੁਣੀ ਪਤਾ ਚੱਲਿਆ ਵੀ ਉਹ ਕਹਿ ਕੀ ਰਿਹਾ ਅੱਜ ਹਰੇਕ ਕੋਲ ਉਹ ਸਪੀਚ ਵੀ ਹੈਗੀ ਹੈ ਨੌਜਵਾਨ ਸੁਣ ਵੀ ਰਹੇ ਨੇ ਅਤੇ ਅੱਜ ਉਹਨੂੰ ਫੋਲੋ ਵੀ ਕਰ ਰਹੇ ਨੇ ਉਹਦੀ ਲਾਈਨ 'ਤੇ ਚੱਲਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਮੈਂ ਨਹੀਂ ਕਹਿੰਦੀ ਵੀ ਸਾਰੇ ਦੀਪ ਵਰਗੀ ਚੱਲਣਗੇ ਪਰ ਹਰ ਇੱਕ ਦਾ ਆਪਣਾ ਆਪਣਾ ਉਹ ਜ਼ਰੀਆ ਹੈ ਆਪਣੀ ਆਪਣੀ ਸੋਚ ਹੈ ਉਹ ਕਹਿੰਦਾ ਸੀ ਕਿ ਸੋਚ ਤੁਸੀਂ ਆਪਣੀ ਵਰਤੋਂ ਦੇਖ ਕੇ ਚੱਲੋ ਪਰ ਸੋਚੋ ਤੁਹਾਡੇ ਨਾਲ ਹੋ ਕੀ ਰਿਹਾ ਉਹਦੀ ਸੋਚ 'ਤੇ ਸਭ ਚੱਲ ਰਹੇ ਨੇ ਜਿਹੜੀ ਦੀਪ ਨੇ ਚਿਣਗ ਲਾਉਣੀ ਸੀ ਉਹ ਲਾ ਗਿਆ ਠੀਕ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ